ਪਿੰਡਾਂ ਥਾਂ ਦੇ ਲੋਕਾਂ ਨੂੰ ਵੀ ਕਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਬਸ ਥੋੜੀ ਜਿਹੀ ਇhtiyat ਦੀ ਲੋੜ ਹੈ ਕਰੋਨਾ ਵਾਇਰਸ ਇੱਕ ਤੋਂ ਦੂਜੇ ਬੰਦੇ ਨੂੰ ਲੱਗਣ ਵਾਲੀ ਬਿਮਾਰੀ ਹੈ ਇਸ ਲਈ ਜੇ ਕਿਸੇ ਨੂੰ ਖੁਸ਼ ਖਾਂਸੀ ਜ਼ੁਕਾਮ ਦੇ ਨਾਲ ਨਾਲ ਤੇਜ਼ ਬੁਖਾਰ ਜੋੜਾਂ ਦਾ ਦਰਦ ਜਾਂ ਸਾਹ ਲੈਣ ਵਿੱਚ ਤੰਗੀ ਹੋਏ ਤਾਂ ਉਹ ਹਕੂਮਤ ਪੰਜਾਬ ਦੇ ਹਸਪਤਾਲਾਂ ਵਿੱਚ ਟੈਸਟ ਕਰਾਏ ਸਾਡਾ ਮਜ਼ਹਬ ਵੀ ਇਹ ਆਖਦਾ ਹੈ ਸਫਾਈ ਨਿਸਫ ਇਮਾਨ ਹੈ ਇਸ ਲਈ ਪਿੰਡਾਂ ਦੇ ਰਹਿਣ ਵਾਲੇ ਲੋਕ ਆਪਣੇ ਰੋਜ਼ ਦੇ ਕੰਮਕਾਰ ਪੱਠੇ ਵੱਢਣਾ ਫਸਲਾਂ ਦਾ ਖਿਆਲ ਗੋਇਆ ਇਕੱਠਾ ਕਰਨਾ ਪੌੜੀ ਇੱਕ ਥਾਂ ਤੋਂ ਦੂਜੀ ਥਾਂ ਲਾਣਾ ਲੈਟਰੀਨ ਆਣਾ ਜਾਣਾ ਜਾਂ ਘਰ ਆਉਣ ਤੋਂ ਬਾਅਦ ਸਫਾਈ ਦਾ ਖਾਸ ਖਿਆਲ ਰੱਖੋ ਹੱਥਾਂ ਨੂੰ ਬਾਰ-ਬਾਰ ਧੋਵੋ ਇਹਦੇ ਇਲਾਵਾ ਬੱਚਿਆਂ ਦੀ ਸਫਾਈ ਦਾ ਵੀ ਖਾਸ ਖਿਆਲ ਰੱਖੋ ਉਹਨਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੀ ਆਪ ਲੈ ਕੇ ਦਿਓ ਹੱਟੀ ਤੋਂ ਕੋਈ ਵੀ ਚੀਜ਼ ਖਰੀਦੋ ਤੇ ਸਫਾਈ ਦਾ ਖਾਸ ਖਿਆਲ ਰੱਖੋ ਖੰਗ ਜਾਂ ਨਿਛਾਏ ਤਾਂ ਮੂੰਹ ਦੇ ਕੋਣੀ ਸਾਫਾ ਜਾਂ ਰੁਮਾਲ ਰੱਖ ਲਵੋ ਚੌਪਾਲ ਬੈਠਕ ਜਾਂ ਡੇਰੇ ਤੇ ਇਕੱਠੇ ਨਾ ਹੋਵੋ ਬਗੈਰ ਜ਼ਰੂਰਤ ਤੇ ਬਾਲਾਂ ਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਾ ਜਾਣ ਦਿਓ ਯਾਦ ਰੱਖੋ ਇhtiyat ਕਰਕੇ ਹੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਇਸ ਲਈ ਸਿਰਫ ਆਪਣੀ ਹੀ ਨਹੀਂ ਦੂਜਿਆਂ ਦੀ ਵੀ ਜਾਨ ਬਚਾਓ।